डॉली नू की कहना चाहना I love you, Dolly Fashion. Dolly, मैंने तेरे ना प्यार हो गया. बिल्लो बग्गे बिल्ले आं दा की करेंगी बग्गे बग्गे बिल्ले आं दा की करेंगी अस्सलाम वालेकुम नाज़रीन तुसी देख रहे हो फैसलाबाद पॉइंट ते मैं हां राणा एहसान अली ते मेरे नाल जिहड़ी शख्सियत मौजूद है ये किसी भी तारफ की मुहताज नहीं है बंटी बदमाश जिहड़ा कि टिकटॉक ते बड़ा वायरल है स्नैक वीडियो ते बड़ा वायरल है यूट्यूब ते भी तुसी किते ना किते इन्हां नूं जरूर वेख्या होएगा ये एक अपनी छोटी जी वीडियो की वजह तो वायरल होए इन्हां दे नाल ही इन्हां दे जिहड़े दोस्त ने इस इलाके दे रहायशी ने माना वाले दे जिहड़े इन्हां नूं वायरल करन वाले ने वह भी इन्हां दे नाल ही मौजूद ने ते बंटी बदमाश नाल गल करांगे ते पुछांगे कि यह वायरल किवें होए बंटी की हाल ही उस्ताद जी ठीक तुसीं सुणाओ अपने बच्चे बुच्चे राजी मेरे बच्चे बुच्चे राजी ने तेरे बच्चे ठीक ने हाँ जी किन्ने बच्चे ने मेरे दो ने ਵਿਆਹ ਕਦੋਂ ਕਰਾਇਆ ਸੀ ਮੇਰਾ ਵਿਆਹ 2 ਸਾਲ ਹੋ ਗਏ ਨੇ ਕਰਾਇਆ ਅੱਛਾ ਕਿੱਥੇ ਨੇ ਤੇਰੇ ਸਹੁਰੇ ਮੇਰੇ ਸਹੁਰੇ ਲਾਹੌਰ ਨੇ ਅੱਛਾ ਸਹੁਰੇ ਚੰਗੇ ਨੇ ਜਾਂ ਨਹੀਂ ਚੰਗੇ ਚੰਗੇ ਨੇ ਅੱਛਾ ਬੀਵੀ ਵੀ ਚੰਗੀ ਤੇਰੀ ਹਾਂਜੀ ਅੱਛਾ ਤੇ ਮੈਨੂੰ ਦੱਸੋ ਤੇਰੀ ਉਮਰ ਕਿੰਨੀ ਹੋ ਗਈ ਹੈ ਮੇਰੀ ਉਮਰ 11 ਸਾਲ ਹੈ 11 ਸਾਲ ਹੈ ਹਾਂਜੀ 11 ਸਾਲਾਂ 'ਚ ਵਿਆਹ ਵੀ ਕਰਾ ਲਿਆ 2 ਬੱਚੇ ਵੀ ਹੋ ਗਏ ਮੈਨੂੰ ਤੇ ਨਹੀਂ ਲੱਗਦਾ ਇਹ ਮੈਂ ਇੰਨੇ ਸਾਲਾਂ 'ਚ ਕਰਵਾਇਆ ਵਿਆਹ ਅੱਛਾ ਫੇਰ ਤੂੰ ਜੰਮਦੇ ਨੇ ਵਿਆਹ ਕਰਾ ਲਿਆ ਹਾਂਜੀ ਅੱਛਾ ਰਿਸ਼ਤਾ ਕਿਨੇ ਲੱਭ ਕੇ ਦਿੱਤਾ ਸੀ ਮੇਰੇ ਅੱਬੂ ਨੇ ਲੱਭਿਆ ਸੀ ਅੱਛਾ ਹਾਂਜੀ ਉਹਨਾਂ ਨੇ ਜਦੋਂ ਪਹਿਲੀ ਵਾਰੀ ਵੇਖਿਆ ਉਹਨਾਂ ਨੇ ਕਿਹਾ ਤੇ ਮੁੰਡਾ ਮੋਛਾ ਜਿਹਾ ਇਹਨੂੰ ਤੇ ਦੇਣੀ ਕਿਸੇ ਨੇ ਨਹੀਂ ਉਹਨਾਂ ਨੂੰ ਕਿਹਾ ਸੀ ਨਾ ਵੀ ਸਾਡਾ ਮੁੰਡਾ ਵੀ ਹੈਗਾ ਤੇ ਤੁਹਾਡੀ ਕੁੜੀ ਵੀ ਆ ਗਈ ਤੇ ਸਾਡੇ ਨਾਲ ਰਾਫਤਾ ਕਰੋ ਉਹ ਕਹਿੰਦੇ ਹਨ ਚਲੋ ਸਾਨੂੰ ਵੀ ਨਹੀਂ ਕਿਤੋਂ ਲੱਭਣਾ ਅਸੀਂ ਇਦਾਂ ਨਾਲ ਕਰ ਦਿੰਨੇ ਉਹ ਫਿਰ ਮੇਰਾ ਸ਼ਾਦੀ ਹੋ ਗਈ ਤੂੰ ਵੀ ਸੋਚਿਆ ਕਿ ਮੈਨੂੰ ਕੋਈ ਲੈਂਦਾ ਨਹੀਂ ਤੇ ਉਹਨੂੰ ਕੋਈ ਦਿੰਦਾ ਨਹੀਂ ਹਾਂਜੀ ਤੇ ਦੋਵੇਂ ਰਲ ਕੇ ਬਹਿ ਜਾਈਏ ਠੀਕ ਹੈ ਤੇ ਮੈਨੂੰ ਦੱਸੋ ਵੀ ਤੁਹਾਡੀ ਸਭ ਤੋਂ ਪਹਿਲੇ ਵੀਡੀਓ ਕਿੰਨੇ ਬਣਾਈ ਸੀ ਮੇਰੀ ਭਾਈ ਜ਼ੈਨ ਨੇ ਸਭ ਤੋਂ ਪਹਿਲੇ ਵੀਡੀਓ ਬਣਾਈ ਅੱਛਾ ਉਹਦੇ ਵਿੱਚ ਕੀ ਕਿਹਾ ਸੀ ਤੁਸੀਂ ਵੀਡੀਓ 'ਚ ਉਹਨਾਂ ਨੇ ਕਿਹਾ ਸੀ ਤੇਰੇ ਅੱਬੇ ਦਾ ਖਾਤਾ ਲੱਗਾ ਹੈ ਪੈਸੇ ਦੇ ਮੈਂ ਕਿਹਾ ਕੋਈ ਨਹੀਂ ਖਾਤਾ ਖੂਤਾ ਲੱਗਾਗਾ ਕਾਦੇ ਪੈਸੇ ਲੈਣੇ ਸੀ ਬੋਤਲਾਂ ਦੇ ਅੱਛਾ ਫਿਰ ਤੂੰ ਪੈਸੇ ਦਿੱਤੇ ਕਿ ਨਹੀਂ ਉਹਨਾਂ ਨੂੰ ਮੈਂ ਕਦੋਂ ਦਿੱਤੇ ਹਨ ਸਾਥ ਬਦਮਾਸ਼ੀ ਨਾਲ ਨਹੀਂ ਦਿੱਤੇ ਤੂੰ ਪੈਸੇ ਉਹ ਮੇਰੇ ਅੱਬੂ ਜੀ ਨੇ ਦਿੱਤੇ ਹਨ ਅੱਛਾ ਤੇਰੇ ਅੱਬੂ ਨੇ ਦਿੱਤੇ ਸੀ ਤੇਰੇ ਅੱਬੂ ਦਾ ਖਾਤਾ ਲੱਗਾ ਹੋਇਆ ਸੀ ਹਾਂਜੀ ਤੂੰ ਬਦਮਾਸ਼ੀ ਨਾਲ ਬੋਤਲਾਂ ਲੈ ਕੇ ਭੱਜ ਗਿਆ ਇੱਕ ਇਹਦੀ ਵੀਡੀਓ ਵਾਇਰਲ ਹੋਈ ਨਾਜ਼ਰੀਨ ਉਹਦੇ 'ਚ ਤੁਸੀਂ ਵੇਖ ਰਹੇ ਹੋ ਕਿਤੇ ਨਾ ਕਿਤੇ ਮੇਰਾ ਐਡੀਟਰ ਇਹਨੂੰ ਜ਼ਰੂਰ ਐਡ ਕਰੇਗਾ ਕਿ ਦੋ ਬੋਤਲਾਂ ਲੈ ਕੇ ਬੰਟੀ ਸਾਹਿਬ ਭੱਜ ਰਹੇ ਨੇ ਤੇ ਉਹ ਇੱਕ ਦੋਸਤ ਹੈ ਇਹਨਾਂ ਦਾ ਉਹ ਪਿੱਛੇ ਆਵਾਜ਼ ਲਗਾ ਰਿਹਾ ਕਿ ਬੋਤਲਾਂ ਦੇ ਪੈਸੇ ਤੇ ਦੇ ਕੇ ਜਾ ਤੇ ਬੰਟੀ ਹੁਣੀ ਇਹ ਕਹਿ ਰਹੇ ਨੇ ਕਿ ਮੇਰੇ ਅੱਬੂ ਦਾ ਖਾਤਾ ਲੱਗਾ ਹੋਇਆ ਮੈਂ ਕੋਈ ਨਹੀਂ ਪੈਸਾ ਪੂਸਾ ਦੇਣਾ ਇੰਜ ਹੀ ਗੱਲ ਹੋਈ ਸੀ ਹਾਂਜੀ ਫਿਰ ਉਹ ਤੁਹਾਡੀ ਵੀਡੀਓ ਬਹੁਤ ਆਵਾਮ ਨੇ ਵੇਖੀ ਬੜੀ ਵਾਇਰਲ ਹੋਈ ਹਾਂਜੀ ਤੇ ਫਿਰ ਵੀਡੀਓ ਵੇਖ ਕੇ ਲੋਕ ਮਿਲਣ ਆਏ ਤੈਨੂੰ ਹਾਂਜੀ ਬੜੇ ਆਏ ਕਿੱਥੋਂ ਕਿੱਥੋਂ ਲੋਕ ਮਿਲਣ ਆਉਂਦੇ ਨੇ ਲਾਹੌਰੋਂ ਆ ਜਾਂਦੇ ਹਨ ਨਨਕਾਣਿਆਂ ਆ ਜਾਂਦੇ ਹਨ ਚੰਦਰਕੋਟੋਂ ਆ ਜਾਂਦੇ ਹਨ ਤੁਹਾਨੂੰ ਮਿਲਣ ਦੀ ਕਿਸੇ ਟਿਕਟੋਕਰ ਨੂੰ ਕਿੰਨੂੰ ਪਸੰਦ ਕਰਦੇ ਜੀ ਆ ਜਿਹੜਾ ਟਿਕਟੋਕਰ ਆ ਡੋਲੀ ਨੂੰ ਡੋਲੀ ਨੂੰ ਪਸੰਦ ਕਰਦੇ ਸਾਰੇ ਡੋਲੀ ਦੇ ਫੈਨ ਆ ਡੋਲੀ ਨੇ ਬੇੜਾ ਕਰ ਕੀਤਾ ਹੋਇਆ ਸਾਰਿਆਂ ਦਾ ਨਿੱਕਿਆਂ ਨਿੱਕਿਆਂ ਦਾ ਵੀ ਜਨਾਬ ਜਿਹੜੀ ਆਵਾਜ਼ ਜਿਹੜੀ ਉਹ ਵਿਗੜੀ ਹੋਈ ਹੈ ਤੇ ਵੱਡਿਆਂ ਵੱਡਿਆਂ ਦਾ ਤੇ ਫਿਰ ਅੱਲਾ ਹਾਫਜ਼ ਆ ਬਹੁਤ ਬਹੁਤ ਵੱਡੇ ਟਿਕਟੋਕਰ ਉਹਨੇ ਪਾਗਲ ਕੀਤੇ ਨੇ ਇਹ ਵੀ ਫੈਨ ਨਿਕਲਿਆ ਡੋਲੀ ਦਾ ਤੇ ਜੇ ਦੂਸਰੀ ਸ਼ਾਦੀ ਕਰਨ ਦਾ ਮੌਕਾ ਮਿਲ ਜੇ ਕਿਹਦੇ ਨਾਲ ਕਰੋਗੇ ਡੋਲੀ ਨਾਲ ਅੱਛਾ ਹਾਂਜੀ ਡੋਲੀ ਨੂੰ ਕੀ ਕਹਿਣਾ ਚਾਹੁੰਦਾ ਆਈ ਲਵ ਯੂ ਡੋਲੀ ਫੈਸ਼ਨ ਓਏ ਕਿਆ ਡੋਲੀ ਮੈਨੂੰ ਪਿਆਰ ਹੋ ਗਿਆ ਤੇਰੇ ਨਾਲ ਡੋਲੀ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਇਹ ਕੌਣ ਕਰਦਾ ਉਹ ਇਹ ਮੈਂ ਆਪਣੇ ਕੋਲੋਂ ਟ੍ਰੈਂਡ ਛੱਡਿਆ ਅੱਛਾ ਤੇ ਡੋਲੀ ਨੂੰ ਮਿਲਣ ਦੀ ਹੈ ਖੁਆਇਸ਼ ਤੁਹਾਡੇ ਦਿਲ 'ਚ ਬਿਲਕੁਲ ਹੈਗੀ ਏ ਅੱਛਾ ਬਦਮਾਸ਼ ਜਿਹੜਾ ਇਹ ਬਹੁਤ ਵੱਡਾ ਫੈਨ ਨਿਕਲਿਆ ਡੋਲੀ ਫੈਸ਼ਨ ਦਾ ਤੇ ਡੋਲੀ ਫੈਸ਼ਨ ਤੇ ਮਗਰ ਅੱਗੇ ਹੀ ਬੜੀ ਆਵਾਮ ਲੱਗੀ ਹੋਈ ਆ ਵੇਖਨੇ ਆ ਹੁਣ ਡੋਲੀ ਫੈਸ਼ਨ ਕਿਹਦੇ ਕਾਬੂ ਹੁੰਦੀ ਏ ਤੇ ਡੌਨ ਜਿਹੜਾ ਵਾ ਬੰਟੀ ਬਦਮਾਸ਼ ਜਿਹੜਾ ਇਹ ਬੜਾ ਪੂਰ ਉਮੀਦ ਆ ਕਹਿੰਦਾ ਕਿ ਮੈਂ ਹਰ ਸੂਰਤ ਵਿਆਹ ਕਰਾਉਣਾ ਵਾ ਡੋਲੀ ਫੈਸ਼ਨ ਨਾਲ ਬੰਟੀ ਬਦਮਾਸ਼ ਤੇਰਾ ਕੱਦ ਕਿੰਨਾ ਐ ਮੇਰਾ ਕੱਦ 3 ਫੁੱਟ ਦਾ 3 ਫੁੱਟ ਦਾ ਥੱਲੇ ਅਸੀਂ ਇੱਕ ਸਰਾਣਾ ਰੱਖ ਕੇ ਬੰਟੀ ਨੂੰ ਪਾਇਆ ਵਾ ਤਾਂ ਕਿ ਥੋੜਾ ਜਿਹਾ ਬੰਟੀ ਉੱਚਾ ਹੋ ਜੇ ਤੇ ਨਜ਼ਰ ਆ ਸਕੇ ਡੋਲੀ ਨੂੰ ਤਾਂ ਕਿ ਡੋਲੀ ਪਸੰਦ ਕਰੇ ਇਹਨੂੰ ਡੋਲੀ ਡੋਲੀ ਦੀ ਖਾਤਰ ਕੀ ਕਰ ਸਕਣਾ ਮੈਂ ਡੋਲੀ ਦੀ ਖਾਤਰ ਆਪਣੀ ਜਾਨ ਵੀ ਦੇ ਸਕਣਾ ਅੱਛਾ ਡੋਲੀ ਜੇ ਤੈਨੂੰ ਕਵੇ ਕੋ ਗਾਣਾ ਸੁਣਾ ਮੈਨੂੰ ਕਿਹੜਾ ਗਾਣਾ ਸੁਣਾਏਗਾ ਡੋਲੀ ਮੈਂ ਉਹਨੂੰ ਕਹਾਂਗਾ ਬਿੱਲੋ ਬੱਗੇ ਬਿੱਲੇ ਆਂਦਾ ਕੀ ਕਰੇਂਗੀ ਪੂਰਾ ਗਾਣਾ ਸੁਣਾ ਹਾਂਜੀ ਪੂਰਾ ਗਾਣਾ ਸੁਣਾ ਜ਼ਰਾ ਟੈਂਡੈਂ 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 ਬਿੱਲੋ ਬੱਗੇ ਬਿੱਲੇ ਆਂਦਾ ਕੀ ਕਰੇਂਗੀ ਬੱਗੇ ਬੱਗੇ ਬਿੱਲੇ ਆਂਦਾ ਕੀ ਕਰੇਂਗੀ ਬਿੱਲੋ ਬੱਗੇ ਬਿੱਲੇ ਆਂਦਾ ਕੀ ਕਰੇਂਗੀ ਨੇ ਮੇਰਾ ਮਾਰਦਾ ਹਵਾਲੇ ਹੁਣ ਅੰਗਾਂਗ ਤੂੰ ਹੋ ਕਾਲੇ ਜੇ ਲਿਬਾਸ ਦੀ ਸ਼ਕੀਨ ਕੁੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੂੰ ਕਾਲੇ ਜੇ ਲਿਬਾਸ ਦੀ ਸ਼ਕੀਨ ਕੁੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੂੰ ਹੱਲੇ ਉੱਠੇ ਸੀ ਸੌਂ ਕੇ ਮੁੰਡੇ ਭਰਦੇ ਨੇ ਹੋ ਕੇ ਲੋੜ ਹੀ ਨਹੀਂ ਪਤਲੋ ਨੂੰ ਮੇਕਅਪ ਦੀ 18-19 ਵੀ
कुड़ी ऐ जी चल दी कुत्तर दी जांदी जिवें कंज सप दी सप तो ख्याल आया ओ दी अख दा बचना ओ जहर खाए रेल डंग तू हो काले जे लिबास दी शकीनन कुड़ी दूर दूर जावे मेरे काले रंग तू जे डोली तेनू छड़ दवे बेलफर्ज तेरा डोली ना प्यार हो गया डोली तेरा तेरा ते डोली दा ब्रेकअप हो जांदा तेनू छड़ जांदी आ फेर ओनू केड़ा गाना सुनाएगा दुख च बेवफा प्यार की राह में तुमने छोड़ दिया मुसीबत मर्दा दे पैंदी रहंदी आ तभी ना ते दुनिया स्वाद लेंदी आ मेरे सारे फड़ फड़ थले लाउना चाहुंदे पर मैं नहीं लगदा मुसीबत मर्दा दे पैंदी रहंदी आ तभी ना ते दुनिया स्वाद लेंदी आ वालेकुम सलाम सर अलहमदुलिल्लाह अच्छा एदी सब तो पहली वीडियो इन्हें दसी के बोतल वाली वायरल हुई है जी असी शुगल मजाक ना वीडियो बनाई सी लेकिन वो वायरल हो गई जिस तो सानू थोड़ा जा शौक होया कि बच्चे नू थोड़ा हाई कर सकने वो जड़ी तुसी वीडियो बनाई सी वो बजाहर इंज लग रहा कि इनू नहीं पता कि वीडियो बन रही जी इस तरह ही जी वैसे किसी वजह तो बोतलां उठा के भाग रहा था और पीछे से हमने वीडियो बनाई आवाज़ें लगाई फिर वो वीडियो टिकटॉक पर अपलोड कर दी लेकिन वो वायरल हो गई इसलिए हमने बंटी डॉन साहब को पकड़ लिया और ये एक ट्रेंड बना लिया उस तो बाद फिर जिहड़ियां तुहाड़ियां बोतलां वाली वीडियो आई हो तुसी प्री प्लान बनाई लेकिन पहले जिहड़ी वायरल वीडियो सी वो महज तुसी कैमरा खोलिया सी ते बंटी साहब दो बोतलां लैके भज गए जी बंटी साहब इत्थों किसी मुंडे नाल झगड़ के बोतलां लैके दौड़ रहे सी छोटे बच्चे नाल कि मेरे अब्बे दे खाते लिख लई मैं पैसे नहीं देने नरोज खान भी मिलन आया वकार भिंडर भी मिलन आए सन बंटी साहब नूं फिर छोटे छोटे यूजर कह लो अच्छी वीडियो बनाते हैं जिदे विच शहरी बट कश्मीरी गलबन मैं अपना नाम भी रखागा मियाँ जहीर 000 और मियाँ जहीर 007 बिलाल कंबो गलबन सारे छोटे छोटे यूजर जो भी इनू बहुत अच्छा प्यार करते हैं बहुत अच्छी वीडियो बनाता है तो मिलन भी आते हैं ये वास्ते तोहफे शोहफे तहफ भी लैके आते हैं जिहदे नाल इहदी जिंदगी च बहुत तब्दीली आई सी महसूस कर रहे हैं जी जी बिल्कुल ऐ सी जनाब मुहम्मद जहीर और इन्हां दे नाल सी बंटी बदमाश इन्हां दी जिंदगी दी तुसी सारी सूरत हाल देखी किस तरह ये टिकटॉक ते आए ते टिकटॉक दे स्टार बन गए लखां फॉलोवर आ गए अगर तुसी भी बंटी बदमाश नूं मिलना चाहुंदे हो तो मानावाला दे लागे एक स्टाप है उत्थे आ के तुसी किसे नूं भी पुछ सकदे हो कि असीं बंटी बदमाश नूं मिलना है हर बंदा हर बच्चा हर वड्डा इन्हां नूं सारे जानदे ने ते बंटी बदमाश नूं सपोर्ट जरूर की करिया जे ते मैनूं हुण इजाजत दो अल्लाह हाफिज़